Yes, Param. Do you want to say something? Please come. Yes, Param. Please come. ਨਹੀਂ ਨਹੀਂ ਅੱਜ ਮੇਰਾ ਜਨਮਦਿਨ ਨਹੀਂ ਹੈ ਅੱਜ ਬਾਬਾ ਨਾਨਕ ਦਾ ਜਨਮਦਿਨ ਹੈ ਜਿਵੇਂ ਉਹਨਾਂ ਨੇ ਕਿਹਾ ਸੀ ਵੰਡ ਕੇ ਛਕੋ ਉਵੇਂ ਮੈਂ ਟੌਫੀਆਂ ਦਾ ਪੈਕਟ ਤੁਹਾਡੇ ਸਾਰਿਆਂ ਦੇ ਨਾਲ ਵੰਡ ਕੇ ਛਕਣਾ ਚਾਹੁੰਦਾ ਹਾਂ ਸ਼ਾਬਾਸ਼ ਪਰਮ ਤੁਸੀਂ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਬੱਚਿਓ ਕੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਹੈ ਚਲੋ ਮੈਂ ਤੁਹਾਨੂੰ ਉਹਨਾਂ ਬਾਰੇ ਇੱਕ ਕਹਾਣੀ ਸੁਣਾਉਂਦੀ ਹਾਂ ਇੱਕ ਵਾਰ ਕੀ ਹੋਇਆ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਸ਼੍ਰੀ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ 20 ਰੁਪਈਏ ਦਿੱਤੇ ਤੇ ਉਹਨਾਂ ਨੂੰ ਵਪਾਰ ਕਰਨ ਵਾਸਤੇ ਭੇਜਿਆ ਕੀ ਤੁਸੀਂ ਸੋਚ ਸਕਦੇ ਹੋ ਉਹਨਾਂ ਨੇ ਕੀ ਵਪਾਰ ਕੀਤਾ ਹੋਣਾ ਨੋ ਚਲੋ ਜਾਣਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਜਦੋਂ ਰਸਤੇ 'ਚ ਜਾ ਰਹੇ ਸੀ ਤਾਂ ਉਹਨਾਂ ਨੂੰ ਰਸਤੇ ਵਿੱਚ ਭੁੱਖੇ ਸਾਧੂ ਮਿਲੇ ਤਾਂ ਉਹਨਾਂ ਨੇ ਉਹ 20 ਰੁਪਏ ਵਪਾਰ 'ਤੇ ਨਾ ਖਰਚ ਕਰਕੇ ਉਹਨਾਂ ਨੂੰ ਲੰਗਰ ਛਕਾਇਆ ਤੇ ਨਾਲ ਬੈਠ ਕੇ ਆਪ ਵੀ ਛਕਿਆ ਤਾਂ ਸਾਨੂੰ ਕੋਈ ਸਿੱਖਿਆ ਮਿਲੀ ਕੀ ਸਿੱਖਿਆ ਮਿਲੀ ਵੈਰੀ ਗੁੱਡ ਕਿ ਸਾਨੂੰ ਵੰਡ ਕੇ ਛਕਣਾ ਚਾਹੀਦਾ ਹੈ ਤੇ ਉਸ ਟਾਈਮ ਤੋਂ ਹੀ ਇਹ ਪ੍ਰਥਾ ਪ੍ਰਚਲਿਤ ਹੋਈ ਕਿ ਸਾਨੂੰ ਸਾਰਿਆਂ ਨੂੰ ਵੰਡ ਕੇ ਛਕਣਾ ਚਾਹੀਦਾ ਹੈ ਵੈਰੀ ਗੁੱਡ ਨਿਤਾਲੀ ਵੈਰੀ ਗੁੱਡ Do you want to say something? Oh, it's your birthday today. Happy birthday! Yes, ji. Ma'am ne kal hame bataya ki Guru Nanak Sahib ji ne sadhuon ke saath mil baat kar langar khaya. Waise hi main aaj aap sab ke saath mil baat kar candies khana chahta hu. Kyunki Guru Nanak Sahib ji akele sikho ke nahi hum sab ke bhi guru hain. Well done. Brave. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਦੇਖਿਆ ਇਹਨਾਂ ਬੱਚਿਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਉੱਤੇ ਸਾਂਝੀ ਵਾਲਤਾ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਆਪਸ ਵਿੱਚ ਟੌਫੀਆਂ ਅਤੇ ਚੌਕਲੇਟਾਂ ਦੀ ਸਾਂਝ ਪਾਈ ਅਤੇ ਗੁਰੂ ਸਾਹਿਬ ਜੀ ਦਾ ਜਨਮ ਦਿਹਾੜਾ ਇੱਕ ਨਵੇਕਲੇ ਢੰਗ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੋ ਕਿ ਵੀ ਉਹ ਅੱਗੇ ਜਾ ਕੇ ਜਾਤ ਪਾਤ ਅਤੇ ਵਖਰੇਵਿਆਂ ਤੋਂ ਦੂਰ ਰਹਿਣ ਨਾਲ ਹੀ ਜੇ ਤੁਹਾਡੇ ਕੋਲ ਕੋਈ ਸੁਝਾਵ ਨੇ ਜਿਹਦੇ ਨਾਲ ਅਸੀਂ ਗੁਰੂ ਸਾਹਿਬ ਦਾ 550 ਸਾਲਾ ਗੁਰਪੁਰਬ ਕਿਸੇ ਨਵੇਕਲੇ ਢੰਗ ਨਾਲ ਮਨਾਈਏ ਤੇ ਸਾਨੂੰ ਆਪਣੇ ਸੁਝਾਅ ਅਲਾਇੰਸ ਆਫ ਸਿੱਖ ਆਰਗਨਾਈਜੇਸ਼ਨ @gmail.com ਤੇ ਭੇਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ